ਨੂੰ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਜਦੋਂ ਤੇਰੀ ਯਾਦ ਆਇਆ ਕਰੂ ਨਾ ਇਹਨਾਂ ਨੂੰ ਦੇਖ ਲਿਆ ਕਰੂੰ ਮੈਂ ਲੈ ਇੰਨੇ ਪੈਸੇ ਉਹ ਕਿੱਥੋਂ ਡਾਕਾ ਮਾਰ ਲਿਆ ਤੂੰ ਤੁਸੀਂ ਨਾਲ ਚੱਕ ਕੇ ਕੀ ਕਰੋਗੇ ਮੈਂ ਤਾਂ ਉੱਥੇ ਨੀਂਦਰੇ 'ਚ ਮਰੂੰਗੀ ਹਸਪਤਾਲ 'ਚ ਨਾਲੇ ਨੀਂਦ ਕਿਹੜੀ ਪੂਰੀ ਹੁੰਦੀ ਹੈ ਹਾਂਜੀ ਮੈਂ ਲਾਤਾ ਸੀ ਇਹਨਾਂ ਨੂੰ ਬਹਾਨਾ ਕੁਛ ਨਹੀਂ ਬੋਲਿਓ ਤਾਂ ਮੈਨੂੰ ਉਹ ਠੀਕ ਹੈ ਉਹ ਜੇ ਕੋਠੀਆਂ ਘਰਾਂ ਦੀ ਮਾਲਕਣ ਬਣਨਾ ਨਾ ਤਾਂ ਬੱਚੇ ਬੱਚੇ ਨੂੰ ਭੁੱਲਣਾ ਪੈਣਾ ਕੀ ਗੱਲ ਆ ਅਲਮਾਰੀ ਖੁੱਲੀ ਬੈਠੀ ਆ ਉਹ ਨਾ ਮੈਂ ਕੰਬਲ ਜਿਹਾ ਰੱਖਿਆ ਸੀ ਸਿੰਗਲ ਆਪਣਾ ਇੱਥੇ ਮੈਂ ਸਾਰੇ ਗਹਿਣੇ ਕੱਟੇ ਪਾ ਲਿਆ ਤੇ ਸਰਟੀਫਿਕੇਟ ਵੀ ਕਦੋਂ ਭੱਜਣਾ ਆਪਾਂ ਜੇ ਮਾਸੀ ਦਾ ਐਕਸੀਡੈਂਟ ਨਹੀਂ ਹੋਇਆ ਤਾਂ ਫਿਰ ਇਹ ਕਿੱਥੇ ਰਾਤ ਕੱਟ ਗਈ ਹੈ ਦੋ ਦਿਨ ਕੱਲ ਤਾਂ ਇਹਨੇ ਦੁੱਧ ਨਹੀਂ ਪੀਤਾ ਪਰ ਅੱਜ ਅੱਜ ਤਾਂ ਮੈਂ ਆਹ ਦੁੱਧ ਪਿਆ ਕੇ ਨਾ ਫੇਰ ਹੀ ਸਾਹ ਲੈਣਾ ਮੈਂ ਵੀ ਅੱਜ ਆਪਦੇ ਹੱਥੋਂ ਮੌਕਾ ਜਾਣ ਨਹੀਂ ਦੇਣਾ ਦੇਖਦੀ ਹਾਂ ਇਹ ਕਿਵੇਂ ਨਹੀਂ ਪੀਂਦੇ ਹਾਂ ਦੇਖੀ ਜਾਂਦਾ ਲੈ ਮੋਬਾਈਲ ਦਾ ਚਸਕਾ ਪੈ ਗਿਆ ਜਮਾਂ ਲੈ ਇਹ ਤਾਂ ਹੁਣ ਘਰੋ ਘਰ ਹਰ ਇੱਕ ਬੱਚੇ ਨੂੰ ਪਿਆ ਪਿਆ ਆਹ ਫੜੋ ਤੁਸੀਂ ਦੁੱਧ ਪੀ ਲਓ ਆਪ ਹੀ ਚਲਾ ਲੈਂਦਾ ਉਹ ਦੁੱਧ ਦਾ ਰੱਖ ਦੇ ਲੈ ਮੈਂ ਗਰਮ ਕਰਕੇ ਲੈ ਕੇ ਆਈ ਹਾਂ ਤੁਹਾਡੇ ਲਈ ਸਪੈਸ਼ਲ ਉਹ ਦੁੱਧ ਦਾ ਰੱਖ ਦੇ ਪੀ ਲੈਣਾ ਉਹ ਸੱਚ ਅੱਜ 4 ਵਜੇ ਉਹਨਾਂ ਦਾ ਫੋਨ ਆਇਆ ਸੀ ਤੇਰੇ ਭਰਾ ਦਾ ਹਾਂ ਅੱਛਾ ਹਾਂ ਤੇ ਉਹ ਤਾਂ ਸੱਚ ਕਹਿੰਦੇ ਸੀ ਐਕਸੀਡੈਂਟ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਓਹੋ ਉਹ ਮੰਮੀ ਨੂੰ ਨਾ ਦੱਸਿਆ ਨਹੀਂ ਹੈਗਾ ਮਾਸੀ ਦੇ ਐਕਸੀਡੈਂਟ ਬਾਰੇ ਤਾਂ ਕਰਕੇ ਵੀਰੇ ਨੂੰ ਵੀ ਨਹੀਂ ਪਤਾ ਉਹਨਾਂ ਨੂੰ ਤਾਂ ਉੱਥੇ ਦੱਸਿਆ ਹੀ ਨਹੀਂ ਫੋਨ ਹੀ ਨਹੀਂ ਲਾਇਆ ਲੈ ਜੇ ਉਹਨਾਂ ਨੂੰ ਨਹੀਂ ਪਤਾ ਹੈਗਾ ਹੋਰ ਕਿਹਨੂੰ ਪਤਾ ਹੋਊਗਾ ਆਪਾਂ ਤਾਂ ਫੇਰ ਵੀ ਤੀਜੇ ਥਾਂ ਓਹੋ ਮਾਸੀ ਦੇ ਮੁੰਡੇ ਨੇ ਕਿਹਾ ਸੀ ਵੀ ਵੱਡੀ ਮਾਸੀ ਨੂੰ ਮਾਸੀ ਦੇ ਐਕਸੀਡੈਂਟ ਬਾਰੇ ਦੱਸਣਾ ਨਹੀਂ ਹੈਗਾ ਨਾਲੇ ਵੈਸੇ ਵੀ ਭੈਣਾਂ ਨੂੰ ਤਾਂ ਭੈਣਾਂ ਦੀ ਫਿਕਰ ਹੁੰਦੀ ਹੈ ਨਾ ਮੰਮੀ ਨੂੰ ਤਾਂ ਨਿੱਕੀ ਨਿੱਕੀ ਗੱਲ ਦੀ ਉਈਂ ਟੈਨਸ਼ਨ ਹੋ ਜਾਂਦੀ ਹੈ ਚੱਕਰ ਤਾਂ ਉਹਨਾਂ ਨੂੰ ਪਹਿਲਾਂ ਹੀ ਆਉਂਦੇ ਆ ਅੱਛਾ ਠੀਕ ਹੈ ਤਾਂ ਹੀ ਨਹੀਂ ਪਤਾ ਹੋਣਾ ਪਰ ਫੇਰ ਵੀ ਭੈਣ ਸੀ ਦੱਸਣਾ ਤਾਂ ਚਾਹੀਦਾ ਸੀ ਓਹੋ ਜੀ ਦੱਸੀ ਤਾਂ ਜਾਂਦੀ ਹਾਂ ਮੈਂ ਤੁਹਾਨੂੰ ਵੀ ਮੰਮੀ ਤਾਂ ਪਹਿਲਾਂ ਹੀ ਬਿਮਾਰ ਰਹਿੰਦੇ ਆ ਤਾਂ ਕਰਕੇ ਨਹੀਂ ਦੱਸਿਆ ਨਾਲੇ ਤੁਸੀਂ ਕਿਉਂ ਐਵੇਂ ਗੱਲਾਂ ਮਾਰੀ ਜਾਂਦੇ ਹੋ ਦੁੱਧ ਪੀ ਲਓ ਦੁੱਧ ਦਾ ਪੀਨਾ ਤੂੰ ਕਦੋਂ ਕੰਬੀ ਜਾਂਦੀ ਆ ਮੈਨੂੰ ਨਾ ਪਤਾ ਨਹੀਂ ਕਿਉਂ ਠੰਡ 'ਚ ਹੀ ਲੱਗੀ ਜਾਂਦੀ ਆ ਲੈ ਇੰਨੀ ਤਾਂ ਹਾਲੇ ਠੰਡ ਵੀ ਨਹੀਂ ਹੋਈ ਤੂੰ ਪਹਿਲੀ ਕੰਬੀ ਜਾਂਦੀ ਆ ਬਾਹਰ ਨਿਕਲ ਕੇ ਤਾਂ ਦੇਖੋ ਤੁਸੀਂ ਤਾਂ ਦੋਵੇਂ ਪਿਓ ਪੁੱਤ ਅੰਦਰ ਵੜ ਕੇ ਬੈਠ ਜਾਂਦੇ ਹੋ ਉਹ ਸੱਚ ਤੂੰ ਪੀ ਲੈਣੀ ਦੁੱਧ ਮੇਰਾ ਤਾਂ ਨਾ ਜੀ ਨਹੀਂ ਕਰਦਾ ਦੁੱਧ ਪੀਣ ਮੈਂ ਤਾਂ ਚਾਹ ਬਣਾ ਕੇ ਪੀਊਂਗੀ ਕੱਲ੍ਹ ਦੀ ਜਦੋਂ ਦੀ ਹਸਪਤਾਲ 'ਚ ਆਈ ਹਾਂ ਮੇਰਾ ਤਾਂ ਸਿਰ ਹੀ ਦੁਖੀ ਜਾਂਦਾ ਅੱਛਾ ਹੋਰ ਚੱਲ ਠੀਕ ਆ ਬਣਾ ਲੈ ਫਿਰ ਪੀ ਲੈ ਹਾਂ ਬਣਾਉਂਦੀ ਹਾਂ ਤੁਸੀਂ ਪੀ ਲਓ ਨਾਲੇ ਦੁੱਧ ਪੀ ਕੇ ਨਾ ਸੌਣ ਲੱਗੇ ਹੈਰੀ ਤੋਂ ਫੋਨ ਫੜ ਲਿਓ ਨਹੀਂ ਇਹ ਬੈਠਾ ਰਹੂਗਾ ਮੇਰਾ ਗੇਮ ਨਾਲ ਚਸਕਾ ਪੈ ਰਿਹਾ ਇਹਨੂੰ ਓਏ ਸੌਂ ਜਾ ਬਸ ਆਹ ਖੇਡਦਾ ਬਸ ਸਾਰਾ ਦਿਨ ਇਹੀ ਖੇਡੀ ਜਾਊ ਪੱਤਾ ਵੀ ਨਹੀਂ ਕਰਕੇ ਲਈ ਸਮਾਰ ਕੇ ਚੱਲ ਪੁੱਤ ਸੌਂ ਜਾ ਹੁਣ ਸੌਂਦੇ ਆਪਾਂ ਕੰਬਲ ਵੀ ਹੁੰਦੀ ਇੱਕ ਵੀ ਆਇਆ ਨੀਂਦ ਜੀ ਬਾਲੀ ਆਉਣ ਲੱਗ ਗਈ ਐ ਸੌਂ ਜਾ ਉਹ ਬੰਦ ਕਰਦੇ ਇਹਨੂੰ ਸੌਂ ਜਾ ਹੈਲੋ ਹਾਂਜੀ ਤੁਸੀਂ ਨਾ ਛੇਤੀ ਆ ਜਾਓ ਇਹ ਤਾਂ ਸੋ ਗਏ ਓਹੋ ਪਹਿਲਾਂ ਤੁਸੀਂ ਤਾਂ ਆਓ ਫੇਰ ਹੀ ਮੈਂ ਬਾਹਰ ਆਊਂਗੀ ਹਾਂ ਜਲਦੀ ਆ ਜਾਓ ਠੀਕ ਆ
ਓਹੋ ਪੈਸੇ ਚੁੱਕਣਾ ਤਾਂ ਮੈਂ ਭੁੱਲ ਹੀ ਗਈ। ਪੈਸੇ ਤਾਂ ਚੱਕ ਲਏ, ਹੁਣ ਬੈਗ ਤੇ ਗਹਿਣੇ ਵੀ ਚੱਕ ਲਾਂ, ਸਾਰਾ ਕੁਛ ਇਹਦੇ ਲਵੇ ਕੀ ਛੱਡ ਕੇ ਜਾਣਾ। ਲੋੜ ਤਾਂ ਮੈਨੂੰ ਜ਼ਿਆਦਾ ਪੈਣੀ, ਇਹ ਤਾਂ ਆਪਦੇ ਦੇ ਇਹਦੇ 'ਚ ਸਾਰਾ ਕੁਛ ਪਾ ਲਿਆ ਸੀ ਨਾ ਮੈਂ। ਇਹ ਤਾਂ ਜਿੰਨਾ ਕੁ ਕਮਾਉਂਦਾ ਹੈਰੀ ਲਈ ਬਹੁਤ ਹੈ। ਅੱਜ ਨਾ ਮੈਂ ਆਪਦੀ ਜਾਨ ਦਾ ਰਿਸਕ ਲੈ ਕੇ ਆਪਦੇ ਪਰਿਵਾਰ ਨੂੰ ਹਮੇਸ਼ਾ ਲਈ ਛੱਡ ਕੇ ਤੁਹਾਡੀ ਹੋਣ ਲੱਗੀ ਹਾਂ। ਬਸ ਹੁਣ ਤੁਸੀਂ ਮੈਨੂੰ ਘਰੇ ਲੈ ਚੱਲੋ। ਉਹ ਟੈਨਸ਼ਨ ਕਿਉਂ ਲੈਂਦੇ ਹੋ? ਨਾਲੇ ਇੱਕ ਗੱਲ ਹੋਰ, ਅੱਜ ਆਪਾਂ ਘਰੇ ਨਹੀਂ ਜਾਣਾ ਹੈਗਾ, ਹੋਟਲ 'ਚ ਰਾਤ ਕੱਟਣੀ ਹੈ। ਹੋਟਲ 'ਚ? ਹਾਂ। ਕਿਉਂ? ਉਹ ਰਸਤੇ 'ਚ ਦੱਸੂ ਸਾਰੀ ਗੱਲ, ਛੇਤੀ ਬਹਿ ਜਾ ਕਿਤੇ ਕੋਈ ਦੇਖ ਲਓ। ਸੌਂ ਜਾ ਪੁੱਤ, ਸੌਂ ਜਾ, ਸੌਂ ਜਾ। ਕਿੱਧਰ ਗਈ ਦੀ ਮੰਮੀ? ਓਏ ਉਹ ਕਿੱਧਰ ਚਲੀ ਗਈ? ਲੈ ਇੱਥੇ ਕਿੱਥੇ ਹੋ? ਇੱਧਰ ਵੀ ਲੌਕ ਲੱਗਿਆ ਪਿਆ। ਓਏ ਬਾਥਰੂਮ ਚ ਨਾ ਹੋਵੇ, ਉਹ ਸੁਣਦੀ ਨੀ ਗੀ। ਹੈਂ ਬਾਥਰੂਮ ਇੱਧਰ ਵੀ ਨੀ ਕੋਈ ਹੈਗਾ, ਕਿੱਧਰ ਗਈ? ਇੱਕ ਤਾਂ ਹਾਏ ਹੋਏ, ਫੋਨ ਵੀ ਦਿਖ ਰਿਹਾ ਕਿਤੇ ਤਾਂ, ਜਵਾਕ ਆ ਮੈਨੂੰ ਉੱਠ ਖੜੇ। ਗਵਾਂਢੀਆਂ ਨਾਲ ਚਲੀ ਗਈ ਹੋਵੇ, ਪਰ ਉਹ ਤਾਂ ਬਿਨਾਂ ਦੱਸੇ ਜਾਂਦੀ ਨੀ ਗੀ। ਐਂ ਕਰਦਾ ਮੈਂ ਦੇਖ ਆਉਣਾ। ਗਈ ਕਿੱਧਰ? ਐਂ ਕਰਦਾ ਫੋਨ ਕਰਦਾ ਮੈਂ ਪੇਕੇ ਘਰ, ਪੁੱਛਦਾ ਵੀ ਐਂ ਕਰਕੇ ਗੱਲ ਹੋ ਗਈ। ਚਾਹ ਚੂ ਵੀ ਬਣਾ ਕੇ ਗਈ, ਕਰਦਾ ਨਹੀਂ ਕਿਹੜਾ ਫੋਨ ਚੱਕ ਲਿਆ। ਫੋਨ ਤਾਂ ਚੱਕ ਲਓ। ਐਂ ਕਰਦਾ ਮੈਂ ਉਸ ਨੂੰ ਫੋਨ ਲਾਉਣਾ ਵੀ ਕਿੱਧਰ ਚਲੀ ਗਈ, ਫੋਨ ਕਿਹੜਾ ਘਰੇ ਨਾਲ ਆ ਉਹਦੇ ਲਵੀ ਹੋਊਗਾ। ਫੋਨ ਨਹੀਂ ਚੱਕ, ਟਾਈਮ ਵੀ ਬਹੁਤ ਹੋਇਆ ਕੰਮ 'ਤੇ ਵੀ ਜਾਣਾ। ਐਂ ਕਰਦਾ ਤਿਆਰ ਹੋ ਜਾਣਾ ਫਿਰ ਲਾਉਣਾ। ਲੈ ਫੜ ਚਾਬੀ, ਗੇਟ ਖੋਲ। ਕਿਹੜੇ ਘਰ ਦਾ? ਓਏ ਸਾਹਮਣੇ ਇੱਕੋ ਹੀ ਘਰ ਆ, ਹੋਰ ਕਿਸ ਤਰ੍ਹਾਂ ਕਰਨ ਇੱਥੇ? ਆ ਤੁਹਾਡਾ ਘਰ ਹੈ? ਓਏ ਹਾਂ, ਬਾਹਲੀ ਬਹਿਸ ਨਾ ਕਰ ਇੱਥੇ, ਜੇ ਪੁਲਿਸ ਨੂੰ ਪਤਾ ਲੱਗ ਗਿਆ ਨਾ ਬਹੁਤ ਪੈਣੀ ਆ। ਚਾਹ ਗੇਟ ਖੋਲ। ਪਰ ਤੁਸੀਂ ਤਾਂ ਕਹਿੰਦੇ ਸੀ ਤੁਹਾਡੀ ਕੋਠੀ ਹੈ। ਓਏ ਉਹ ਵੀ ਹੈਗੀ ਹੈ, ਦੱਸੂ ਸਾਰੀ ਗੱਲ ਅੰਦਰ ਦੱਸੂ। ਗੇਟ ਖੋਲ, ਮੋਟਰਸਾਈਕਲ ਅੰਦਰ ਕਰਨ। ਗੁ
ਸੂਰੀ ਤੁਸੀਂ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੰਦੇ ਪਏ ਉਹ ਕੀ ਪੁੱਛੀ ਨਹੀਂ ਤੂੰ ਜਦੋਂ ਮੈਂ ਪੁੱਛੀ ਤਾਂ ਜਾਂਦੀ ਹਾਂ ਵੀ ਇਹ ਘਰ ਕਿਹਦਾ ਮੈਨੂੰ ਦੱਸੋ ਤਾਂ ਸਹੀ ਉਹ ਇਹ ਘਰ ਯਾਰ ਮੇਰੇ ਦੋਸਤ ਦੇ ਸੀਰੀ ਦਾ ਫਿਰ ਸੀਰੀ ਦੇ ਘਰ ਤੁਸੀਂ ਮੈਨੂੰ ਕਿਉਂ ਲੈ ਕੇ ਆਏ ਹੋ ਕਿੰਨੀ ਗੰਦਗੀ ਇੱਥੇ ਹਾਏ ਦੇਖਿਓ ਸਿਗਰਟਾਂ ਦੀ ਸਮੈਲ ਕਿੰਨੀ ਆਈ ਜਾਂਦੀ ਹੈ ਮੁਸ਼ਕ ਮਾਰਦਾ ਉਹ ਫਿਰ ਤੂੰ ਆਪਣਾ ਨੱਕ ਬੰਦ ਕਰ ਲੈ ਯਾਰ ਹੱਦਾਂ ਤੁਹਾਡੇ ਵਾਲੀ ਤੁਸੀਂ ਮੈਨੂੰ ਕਿਉਂ ਐਵੇਂ ਗੁੱਸੇ ਨਾਲ ਬੋਲੀ ਜਾਂਦੇ ਹੋ ਉਹ ਯਾਰ ਗੁੱਸੇ ਨਾਲ ਬੋਲਣਾ ਤਾਂ ਹੋਰ ਕੀ ਕਰਾਂ ਚੱਲ ਅੰਦਰ ਚੱਲ ਤੂੰ ਪਹਿਲਾਂ ਮੈਂ ਨਾ ਕਦੋਂ ਉਹਦੀ ਕੀ ਕੁਛ ਪੁੱਛਦੀ ਆਉਂਦੀ ਹਾਂ ਪਰ ਮੈਨੂੰ ਕਿਸੇ ਗੱਲ ਦਾ ਜਵਾਬ ਨਹੀਂ ਮਿਲਿਆ ਤੁਹਾਡੇ ਵੱਲੋਂ ਉਹ ਤੂੰ ਤਾਂ ਜਮੀ ਬੋਲੀ ਹੈ ਯਾਰ ਦਿਮਾਗ ਤੋਂ ਨਹੀਂ ਕੰਮ ਲੈਂਦੀ ਹੈਗੀ ਹੁਣ ਜੇ ਤੇਰੇ ਘਰ ਵਾਲਾ ਬੰਦੇ ਲੈ ਕੇ ਆ ਗਿਆ ਨਾਲ ਤਾਂ ਮੈਨੂੰ ਵੱਡੂ ਗੰਡਾਸਿਆਂ ਨਾਲ ਨਾਲੇ ਤੈਨੂੰ ਲੈ ਐਂ ਕਿਵੇਂ ਵੱਢ ਜਾਣਗੇ ਇੰਨਾ ਤਾਂ ਪੈਸਾ ਤੁਹਾਡੇ ਕੋਲੇ ਉਹ ਯਾਰ ਪੈਸਾ ਵੀ ਨਹੀਂ ਵੀ ਕੰਮ ਕਰਦਾ ਹੁੰਦਾ ਕਿਸੇ ਨਾਲ ਵੀ ਸਮਝ ਲਿਆ ਕਰ ਨਾ ਕੰਮ ਕਿਉਂ ਨਹੀਂ ਆਉਂਦਾ ਐਡੀਆਂ ਜਾਇਦਾਦਾਂ ਦੇ ਤੁਸੀਂ ਮਾਲਕ ਹੋ ਤੇ ਮੈਨੂੰ ਆ ਕੁੱਲੀ 'ਚ ਲੈ ਕੇ ਆ ਗਏ ਉਹ ਯਾਰ ਮੈਂ ਤਾਂ ਤੈਨੂੰ ਇੰਟੈਲੀਜੈਂਟ ਸਮਝਦਾ ਦੀ ਪਰ ਤੂੰ ਤਾਂ ਜਮੀ ਭੋਲੀ ਹੈ ਕਿਉਂ ਉਹ ਲਿਜਾਣ ਨੂੰ ਤਾਂ ਮੈਂ ਹੁਣ ਤੈਨੂੰ ਆਪਣੀ ਕੋਠੀ 'ਚ ਵੀ ਲੈ ਜਾਂ ਸਾਡੇ ਤਾਂ ਨੌਕਰ ਵੀ ਏਸੀ 'ਚ ਪੈਂਦੇ ਨੇ ਤੂੰ ਤਾਂ ਫਿਰ ਵੀ ਮੇਰਾ ਪਿਆਰ ਹੈ ਫਿਰ ਆਪਣੇ ਪਿਆਰ ਨੂੰ ਤੁਸੀਂ ਇਸ ਘਰੇ ਕਿਉਂ ਲੈ ਕੇ ਆਏ ਹੋ ਆਪਦੇ ਘਰੇ ਲੈ ਕੇ ਚੱਲੋ ਨਾ ਮੈਨੂੰ ਉਹ ਯਾਰ ਤਾਂ ਲੈ ਕੇ ਆਏ ਕਿਉਂਕਿ ਉਰੇ ਸੇਫਟੀ ਹੈ ਲੈ ਸੇਫਟੀ ਨੂੰ ਇੱਥੇ ਕਿਹੜਾ ਗੇਟ 'ਚ ਗਾਂ ਸਿਕਿਉਰਟੀ ਗਾਰਡ ਖੜ੍ਹੇ ਆ ਆਪਣੀ ਤਾਂ ਕੋਠੀ ਦੇ ਅੱਗੇ ਬੋਡੀ ਗਾਰਡ ਵੀ ਪਹਿਰਾ ਦਿੰਦੇ ਆ ਨਾ ਸਾਰਾ ਦਿਨ ਨਾਲੇ ਇੱਥੇ ਕੀ ਪਤਾ ਵੀ ਬੰਦੇ ਦਾ ਦਿਨ ਦਿਹਾੜੇ ਕਤਲ ਹੋ ਜੇ ਉਹ ਯਾਰ ਭੋਲੀਏ ਪੰਛੀ ਤੂੰ ਸਮਝਦੀ ਨਹੀਂ ਹੈਗੀ ਇਹ ਘਰ ਗੁਪਤ ਹੈ ਕਿਸੇ ਨੂੰ ਇੱਥੇ ਸੂਹ ਨਹੀਂ ਹੈਗੀ ਹੁਣ ਜੇ ਆਪਾਂ ਉੱਥੇ ਜਾਵਾਂਗੇ ਤੇਰੇ ਘਰ ਵਾਲਾ ਬੰਦੇ ਨਹੀਂ ਲੈ ਕੇ ਆਜੂਗਾ ਤੈਨੂੰ ਖੋ ਕੇ ਲੈ ਜੂ ਮੇਰੇ ਤੋਂ ਪਰ ਗੁਰੀ ਮੈਨੂੰ ਨਹੀਂ ਪਤਾ ਮੈਂ ਇੱਥੇ ਨਹੀਂ ਰਹਿ ਸਕਦੀ ਉਹ ਯਾਰ ਤੂੰ ਇੰਨੀ ਜਿੱਦੀ ਕਿਉਂ ਹੈ ਗੱਲ ਮੰਨ ਵੀ ਲਿਆ ਕਰ ਪਰ ਤੁਹਾਡੇ ਦਾਦਾ ਜੀ ਤਾਂ ਸਰਪੰਚ 'ਚ ਦਿੱਤੇ ਹੋਏ ਨੇ ਉਹ ਫਿਰ ਸਰਪੰਚੀ ਐਂ ਥੋੜ੍ਹੀ ਕਹਿੰਦੀ ਹੈ ਵੀ ਕਿਸੇ ਧੀ ਭੈਣ ਨੂੰ ਘਰੋਂ ਕੱਢ ਲਿਆ ਮੈਨੂੰ ਨਹੀਂ ਪਤਾ ਗੁਰੀ ਮੈਂ ਨਹੀਂ ਰਹਿ ਸਕਦੀ ਇੱਥੇ ਉਹ ਤੂੰ ਜਿੱਦੀ ਨਾ ਬਣ ਯਾਰ ਦੋ ਚਾਰ ਦਿਨ ਤਾਂ ਉਹਦੇ ਕੱਟਣੇ ਪੈਣਗੇ ਉਹ ਆਪ ਹੀ ਤੇਰੇ ਘਰ ਵਾਲਾ ਨਾ ਟਿੱਕ ਕੇ ਬਹਿ ਜੂਗਾ 5-7 ਦਿਨਾਂ 'ਚ ਫਿਰ ਆਪਾਂ ਵਗ ਜਾਂਗੇ ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਆ ਹਾਂ ਚੱਲ ਤੂੰ ਐਂ ਕਰ ਕੱਪੜੇ ਕੁੱਪੜੇ ਬਦਲ ਲੈ ਮੈਂ ਰੋਟੀ ਪਾਣੀ ਦਾ ਪ੍ਰਬੰਧ ਕਰ ਲਾਂ ਕੀ ਗੱਲ ਹੋਈ ਹੁਣ ਵੀ ਚੁੱਕਦੀ ਯਾਰ ਫੋਨ ਕਿਉਂ ਨਹੀਂ ਚੁੱਕ ਰਹੀ ਨਾ ਫੋਨ ਘਰੇ ਆ ਯਾਰ ਚਾਰਜ ਉਹ 'ਚ ਵੀ ਤੇਰਾ ਉੱਥੇ ਵੀ ਨਹੀਂ ਹੈ ਫੋਨ ਕਿਤੇ ਉਹ ਆਪਦੀ ਮਰਜ਼ੀ ਨਾਲ ਤਾਂ ਨਹੀਂ ਚਲੀ ਗਈ ਨਾ ਯਾਰ ਤੇਰੀ ਘਰ ਵਾਲੀ ਇਹੀ ਜਿਹੀ ਨਹੀਂ ਹੈਗੀ ਪਰ ਕਈ ਦਿਨਾਂ ਤੋਂ ਉਹਦਾ ਸੁਭਾਅ ਜਿਹਾ ਬਦਲਿਆ ਪਿਆ ਸੀ ਮੈਂ ਕਰਦਾ ਅਲਮਾਰੀ ਚੈੱਕ ਕਰਦਾ ਕੀ ਪਤਾ ਸਬੂਤ ਹੀ ਮਿਲ ਜੇ ਕੋਈ ਸ਼ੁਕਰ ਆ ਗਏ ਤੁਸੀਂ ਆ ਮੇਰੇ ਘਰ ਵਾਲੇ ਦਾ ਨਾ ਫੋਨ 'ਤੇ ਫੋਨ ਆਈ ਜਾਂਦਾ ਪਤਾ ਨਹੀਂ ਕੀ ਕਹਿੰਦਾ ਹੋਊਗਾ ਕੀ ਨਾ ਚੱਕ ਲੈਂਦੀ ਫਿਰ ਮੈਂ ਤਾਂ ਨਹੀਂ ਚੱਕਿਆ ਵੀ ਜੇ ਤੁਸੀਂ ਆ ਜਾਓ ਤੁਹਾਡੀ ਰਾਏ ਲੈ ਕੇ ਚੱਕੂੰਗੀ ਫਿਰ ਗੱਲ ਕਰੂੰ ਉਹ ਤੂੰ ਫਿਰ ਹੁਣ ਲਾ ਕੇ ਕਹਿ ਦੇ ਵੀ ਮੈਂ ਆਪਦੀ ਜ਼ਿੰਦਗੀ 'ਚ ਖੁਸ਼ ਹਾਂ ਅਤੇ ਮੇਰਾ ਖਹਿੜਾ ਛੱਡ ਦੇ ਤੂੰ ਹੁਣ ਬਸ ਮੇਰੀ ਹੈ ਮੈਨੂੰ ਤਾਂ ਮੇਰੇ ਜਵਾਕ ਦੀ ਵੀ ਟੈਨਸ਼ਨ ਹੋਈ ਜਾਂਦੀ ਹੈ ਵੀ ਪੂਰਾ ਪਰ ਜਵਾਕ ਆ ਵਿਚਾਰਾ ਇਕੱਲਾ ਮੇਰੇ ਬਿਨਾਂ ਰਹੂਗਾ ਕਿਵੇਂ ਉਹ ਨਾ ਛੱਡ ਕੇ ਆਉਂਦੀ ਫਿਰ ਮੇਰੀ ਗੱਲ ਸੁਣ ਲੈ ਅੱਜ ਤਾਂ ਜਵਾਕ ਦੀ ਗੱਲ ਨਾ ਕਰਿਆ ਕਰ ਜਾਂ ਮੈਨੂੰ ਛੱਡ ਦੇ ਤੁਹਾਨੂੰ ਕਿਵੇਂ ਛੱਡਦਾ ਮੈਂ ਪਿਆਰ ਕੀਤਾ ਤੁਹਾਨੂੰ ਬਸ ਫਿਰ ਜਿਹੜੀ ਐਸ਼ਵਰਾਮ ਦੀ ਜ਼ਿੰਦਗੀ ਤੁਹਾਨੂੰ ਮੈਂ ਦੇ ਸਕਦਾ ਨਾ ਤੁਹਾਡੇ ਘਰ ਵਾਲੇ ਨਹੀਂ ਦੇ ਸਕਦਾ ਹਾਂ ਉਹ ਤਾਂ ਹੈ ਉਹਦਾ ਤਾਂ ਮੈਨੂੰ ਪਤਾ ਹੀ ਆ ਵੀ ਉਹ ਤਾਂ ਬਸ ਆੜਤੀਏ ਜੋਗਾ ਹੀ ਰਹਿ ਗਿਆ ਮੇਰੀ ਫਿਕਰ ਤਾਂ ਉਹਨੂੰ ਕਦੇ ਹੋਈ ਨਹੀਂ ਨਾ ਕਦੇ ਮੈਨੂੰ ਘੁਮਾਉਣ ਲੈ ਕੇ ਗਿਆ ਤੁਸੀਂ ਤਾਂ ਮੈਨੂੰ ਫਿਰ ਵੀ ਚੰਡੀਗੜ੍ਹ ਲੈ ਕੇ ਗਏ ਸੀ ਘੁਮਾਉਣ ਉਹ ਚੰਡੀਗੜ੍ਹ ਦੀ ਕੀ ਗੱਲ ਕਰਦੀਆਂ ਹੈ ਅਜੇ ਤਾਂ ਤੈਨੂੰ ਗੋਆ ਲੈ ਕੇ ਜਾਣਾ ਗੋਆ ਤੋਂ ਬਾਅਦ ਫਿਰ ਆਪਾਂ ਅਮੈਰੀਕਾ ਚੱਲਾਂਗੇ ਛੁੱਟੀਆਂ ਬਿਤਾਉਣ ਹੈ ਅਮੈਰੀਕਾ ਓਏ ਹਾਂ ਹਾਂ ਆਪਣੀ ਸਾਰੀ ਫੈਮਿਲੀ ਤਾਂ ਉੱਧਰ ਹੈ
हाँ जी हाँ जी, तुसी जिथे भी लेके जाओगे ना मैं थोड़े नाल जाने तैयार हाँ। आ की लेके आयो खाने? वो आटा है होर की, वो बारे कद्दू की सब्जी पी है, लून मिर्च भी पै, रोटी बना ला। हाय रोटी बनानी पैनी है? वो होर यार आपा पिंड च बैठे हैं, चंडीगढ़ च नहीं है, इत्थे तां इहो जिहा कुछ ही मिलता है। नाले जे ऐशो आराम की जिंदगी बितानी है ना तो थोड़ी औखसौख तो कट्टनी पेगी। पर आप सीरी वाले भांडे च बना के खावे हूँ? वो सीरी दे कड़ा खुरक पई है यार, तेरे तो हंकार ही वाला है, नाले सब रब ने एको जे बंदे बनाए ने, एको ही खून है, तू आ सब की सोची जानी है। पर वो की पर यार, तेनू पता है असी 50 किले की खेती करते हैं, यूपी बिहार तो इन्ने भइए आ जाते हैं जीरी लाने, मैं तो उन्होंने बने चौल खा लैना। तुसी तो खा लेंदे होवोगे, मैं नहीं ना कदे एवें खादा। वो यार आ जात पात अमीरी गरीबी ये सोच दिमाग चो कढ़ दे तू, हूँ नाले खड़ी हो जा रोटी बना ला, नाले क्यों तो है नहीं मैं तो अन चौपड़ी खा लैना। ठीक है बना लैनी। देख किमें नखरे करती है, आके मैं तो खाधी नहीं है जहाँ कुछ, अगे तो जिम्मे टाटे बिरले पिट लगती है, कोई ना इतने मिट्टी के पोचे फेरने ना लाया ना तो मेरे नो भी गुरी नहीं, बस तेरा एक बार उधरों काम खत्म करा दा फिर देखना की खानी है की ना खानी है। पैसे भी पे सी गहने भी नहीं गए चुक ले। पैसे रखे सी मैं गहने भी इतने रखे सी गए इधर एक कड़ा फोन चक दिया फोन आई जाता है चक ला हाय ये तो उसे दा ही फोन है हुण मैं की गल करा इहदे नाल वो कर लै गल चक दे नमेड़ दे परां काम मैनूं तां डर जिहा लगदा वो डर लगदा लै पहलां मैं गल कर लैणा फिर तू कर ले हैलो जी ये नंबर तो मेरी घरवाली का वो तो फिर मैं भी तो तेरे घरवाली का आशकी बोलदा की भौंकदा तू वो जो तेनों सुनदा है उही भौंकदा मैं मतलब की है तेरा वो तेनों समझ क्यों नहीं आता यार मैं की कहना मेरी घरवाली कित्थे है वो मेरे कोले है यार ला कर ला गल ला कर गल हैलो वो कित्थे है तू मैं तेनों गली गली भालदा फिरदा नले आ मुंडा कौन है तेरे नाल इह बकवास करी जांदा इह बकवास ए नहीं बकवास ना तू कर रहा ओ तू मेनू एवें क बोली जानी आ सच बोलदी आ मैं नले ना अज तू ए गल आपदे खाने पाले भी मैं किसे होर दी हो गई आ हुण आपदा आप भी आपे सांभ ते आपदा जवाक भी आप सांभ मेथों गलती की हो गई ओ तेरी गलती इह आ भी तू मेरे शौक ही नहीं पूरे कर सकदा ते मेरे शौक पूरे करने वाला ना मेरी जिंदगी च आ गया कौन आ हो मरब्बियां दा मालक अगला ते जहाजा च कमाउण दी औकात रखदा मैनू तेरे कोले की है एक आ खटारा जां मोटरसाइकिल ओ जितना मैथों होया मैं तेरे सारे शौक पूरे कीते ने जो तू पूरे कीते ना ओ शौक नहीं सी मेरे हुण मैं कोठियां कारां दी मालकन बन गई आ तू ऐ कर मेरी लाइफ च दोबारा आ जा तेरे वल तेरे वल आउंदी है मेरी जुत्ती नाले मेरी एक गल ध्यान नाल सुन लै अज तां मैनूं फोन ला लिया पर अगे तो भुल के भी मेरे फोन ते तेरा फोन ना आ जाए
देके ना पुलिस नू 50,000 जेल च करवा दूं तेनू। ओए तू आ अपने बच्चे बारे तां सोच लै। मैनू बच्चे बुच्चे तक कोई मतलब नहीं, आपदे जवाक नू ना आपे सांभ। मैं कोई मगरों नहीं लैके आई सी, जां चुप करके अनाथ आश्रम छड्डिया जे तेरे तों नहीं सांभिया जांदा। नाले मेरी एक गल फिर सुन ला, तू आपदी जिंदगी च खुश रह ते मैनू मेरी जिंदगी च खुश रहन दे। ये तेरा आखिरी फैसला तेरा है? हाँ यही मेरा आखिरी फैसला है। ठीक है फिर, तेनू नवी जिंदगी मुबारक। थैंक यू। ਉਹ ਬਲੌਕ ਕਰ ਇਹਨੂੰ ਪਰਾਂ ਸਾਲੇ ਨੂੰ। ਕਰਤਾ ਜੀ। ਵੈਰੀ ਗੁੱਡ। ਅੱਛਾ ਆਪਾਂ ਕਦੋਂ ਕੁ ਜਾਵਾਂਗੇ ਇੱਥੋਂ? ਉਹ ਬਸ 10-15 ਦਿਨ ਹੋਰ, ਤੈਨੂੰ ਪਤਾ ਤਾਂ ਹੈਗਾ ਮੈਂ ਤੈਨੂੰ ਸਾਰੀਆਂ ਖੁਸ਼ੀਆਂ ਦੇਣੀਆਂ ਨੇ। ਆ ਫਿਰ ਨੌਕਰਾਂ ਦੇ ਜਿੰਨਾ ਮਰਜ਼ੀ ਕੰਮ ਕਰਾਈ ਚੱਲੀ। ਹਾਏ ਮੇਰੇ ਅੱਗੇ ਨੌਕਰਾਣੀਆਂ ਕੰਮ ਕਰਿਆ ਕਰਨਗੀਆਂ। ਹਾਂ। ਅੱਛਾ ਆਪਾਂ ਵਿਆਹ ਕਦੋਂ ਕਰਵਾਉਣਾ? ਉਹ ਵਿਆਹ ਵੀ ਕਰਾਵਾਂਗੇ, ਪਹਿਲਾਂ ਮੈਂ ਤੇਰੇ ਤਲਾਕ ਦੇ ਪੇਪਰ ਰੈਡੀ ਕਰਾਉਣੇ ਹੋਏ ਦਿੱਤੇ ਹੋਏ ਨੇ, ਉਹ 'ਤੇ ਤੇਰੇ ਸਾਈਨ ਲੈ ਕੇ ਫਿਰ ਆਪਾਂ ਤੇਰੇ ਘਰ ਵਾਲੇ ਨੂੰ ਭੇਜ ਦਾਂਗੇ, ਫਿਰ ਉਹ ਤੋਂ ਬਾਅਦ ਆਪਾਂ ਕੋਰਟ ਮੈਰਿਜ ਕਰਾ ਲਾਂਗੇ। ਉਹ ਤਾਂ ਠੀਕ ਹੈ, ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮੈਨੂੰ ਕਿੰਨਾ ਕੁ ਪਿਆਰ ਕਰਦੇ ਹੋ? ਉਹ ਤੇਰੇ ਪਿੱਛੇ ਸਾਰਾ ਕੁਝ ਛੱਡ ਕੇ ਮੈਂ ਸੀਰੀ ਦੇ ਘਰ ਬੈਠਾ, ਹਜੇ ਵੀ ਪੁੱਛਦੀ ਹਾਂ ਵੀ ਕਿੰਨਾ ਕੁ ਪਿਆਰ ਕਰਦੇ ਹੋ। ਚੱਲ ਹੁਣ ਐਂ ਕਰ, ਬਾਹਰੇ ਜਾ ਕੇ ਭਾਂਡੇ ਮਾਂਜ ਲਾ। ਭਾਂਡੇ ਤਾਂ ਮੈਂ ਮਾਂਜ ਲੈਣੇ ਸੀ, ਪਰ ਮੈਨੂੰ ਸਾਬਣ ਤਾਂ ਦਿਸੀ ਨਹੀਂ ਕਿਤੇ। ਉਹ ਸਾਡਾ ਸੀਰੀ ਦੇਸੀ ਬੰਦਾ ਹੈ, ਉਹਦਾ ਰੇਤੇ ਉੱਤੇ ਨਾਲ ਮਾਂਜ ਲਾਂ ਦੀ। ਤੂੰ ਐਂ ਕਰ, ਚੁੱਲ੍ਹੇ 'ਚ ਸਵਾਹ ਲੈ ਲਾ, ਉਹਦੇ ਨਾਲ ਮਾਂਜ ਲਾ। ਹਾਏ ਸਵਾਹ ਨਾਲ ਭਾਂਡੇ? ਮੈਂ ਤਾਂ ਉਈ ਨਹੀਂ ਕਦੇ ਮਾਂਜੇ। ਉਹ ਫਿਰ ਕੀ ਹੋ ਗਿਆ ਯਾਰ, ਨਾਲ ਤੂੰ ਹਰੇਕ ਗੱਲ 'ਤੇ ਬਹਿਸ ਕਰੀ ਜਾਂਦੀ ਹੈ, ਮੈਥੋਂ ਹਰੇਕ ਗੱਲ 'ਤੇ ਬਹਿਸ ਨਹੀਂ ਹੁੰਦੀ ਹੈਗੀ। ਦੇਖਿਓ ਲੈ ਇਹਦੇ 'ਚ ਬਹਿਸ ਵਾਲੀ ਕੀ ਗੱਲ ਆ, ਇਹੀ ਕਿਹਾ ਵੀ ਸਾਬਣ ਲਿਆ ਦਿਓ ਮੈਨੂੰ, ਨਾਲੇ ਹੁਣ ਤਾਂ ਮੈਂ ਆਪਦੇ ਘਰ ਵਾਲੇ ਨੂੰ ਸਾਰਾ ਕੁਛ ਦੱਸਦਾ, ਆਪਾਂ ਨੂੰ ਕਾਸੇ ਦਾ ਡਰ ਨਹੀਂ ਹੈਗਾ। ਉਹ ਤੂੰ ਤਾਂ ਜਮੀ ਪਾਗਲ ਹੈ ਯਾਰ, ਡਰ ਕਾਹਦਾ ਨਹੀਂ ਹੈਗਾ। ਹੁਣ ਜੇ ਮੈਂ ਬਾਹਰੇ ਸਾਬਣ ਲੈਣ ਗਿਆ ਜੇ ਉਹਨੇ ਬੰਦੇ ਲਾ ਤੇ ਮਗਰ, ਫਿਰ ਕੀ ਹੋਊਗਾ, ਤੂੰ ਮਰਵਾਏਂਗੀ ਇੱਕ ਸਾਬਣ ਪਿੱਛੇ। ਚਲੋ ਕੋਈ ਨਹੀਂ, ਮਾਂਜ ਲੈਂਦੀ ਹਾਂ ਫਿਰ ਮੈਂ। ਉਹ ਨਾਲੇ ਐਂ ਕਰੀ, ਪਹਿਲਾਂ ਜਿਹੜੇ ਆਲੇ ਦੁਆਲੇ ਭਾਂਡੇ ਖਿੰਡੇ ਹੋਏ ਨਾ ਉਹ ਮਾਂਜ ਲਈ ਪਹਿਲਾਂ। ਲੈ ਹੁਣ ਕਿਸੇ ਦੇ ਝੂਠੇ ਭਾਂਡੇ ਮੈਂ ਕਿਉਂ ਮਾਂਜੂੰਗੀ? ਉਹ ਯਾਰ ਜੇ ਆਪਾਂ ਗੁਰੂ ਘਰ ਜਾਂਦੇ ਹਾਂ, ਸਾਰੀ ਸੰਗਤ ਦੇ ਭਾਂਡੇ ਮਾਂਜਦੇ ਹਾਂ, ਫਿਰ ਕੀ ਹੁੰਦਾ, ਕਿਹਦੇ ਤੇਰੇ ਹੱਥ ਘਸਣ ਲੱਗੇ, ਜਾਂ ਮਾਂਜ ਲੈ ਜਾ। ਗੱਲ 'ਤੇ ਬਹਿਸ ਕਰੀ ਜਾਊਗੀ ਪਾਗਲ ਜੀ, ਦਿਮਾਗ ਖੜਦਾ ਨੇ। ਦੇਖ ਲੈ ਆਪਦੇ ਬੱਚੇ ਬਾਰੇ ਜਮੀ ਵੀ ਸੋਚਿਆ ਹੈਗਾ, ਇੱਕ ਮਿੰਟ 'ਚ ਕਹਿਤਾ ਮੇਰੀ ਜ਼ਿੰਦਗੀ 'ਚ ਕੋਈ ਹੋਰ ਆ ਗਿਆ। ਮੈਂ ਕਿੰਨੇ ਸ਼ੌਂਕ ਪੂਰੇ ਕਰੇ, ਜੋ ਕੁਝ ਹੋਇਆ ਮੇਰੇ ਤੋਂ ਮੈਂ ਉਹ ਕਰਕੇ ਦਿੱਤਾ, ਇੱਕ ਮਿੰਟ ਨਹੀਂ ਸੋਚਿਆ ਮੇਰੇ ਪੁੱਤ ਬਾਰੇ। ਚੱਲ ਪੁੱਤ ਆਪਾਂ ਚੱਲੀਏ ਕੰਮ 'ਤੇ, ਉੱਠੀ ਖਾਵਾਂਗੇ ਰੋਟੀ ਪਾਣੀ ਆਪਾਂ ਵੀ। ਚੱਲ ਆ ਜਾ, ਬੱਚਿਆਂ ਨੂੰ ਬੇਚਾਰੇ ਨੂੰ ਕੀ ਪਤਾ ਹੋਣਾ, ਬਾਬੂ ਵੀ ਡੀਕਦਾ ਹੋਊਗਾ ਵੀ ਲੇਟ ਹੋ ਗਿਆ, ਜਿੱਦਾਂ ਇੱਕ ਉਹ ਗਾਲਾਂ ਕੱਢਦਾ ਵੀ ਤੂੰ ਜਵਾਕ ਨੂੰ ਨਾਲ ਲਿਆਉਣਾ, ਬਾਬੂ ਨੂੰ ਕੀ ਦੱਸਾਂ ਮੈਂ। ਚੱਲ ਪੁੱਤ ਚੱਲਦੇ ਹਾਂ ਆਪਾਂ। ਹੁਣ ਹਾਂ ਚੱਲੀ ਚੱਲੀਏ, ਚੱਲ ਚੱਲ ਕੋਈ ਨਾ, ਉੱਥੇ ਚੀਜ਼ੀ ਖਵਾਵਾਂ ਚੰਗਾ। ਆਹ ਦੇਖ ਕੀ ਲੱਗ ਗਿਆ ਇਹਦੇ। ਤੂੰ ਸੱਚੋ ਤਾਂ ਦੇਖ ਲਾ ਕੀ ਕੁਛ ਲੈ ਕੇ ਆਈ ਹੈ। ਗਹਿਣੇ ਲੈ, ਇਹ ਤਾਂ ਬਣ ਗਈ ਗੱਲ, ਵੈਸੇ ਹੀ ਪੈਸੇ ਮੁੱਕੇ ਪਏ ਸੀ। ਆ ਤਾਂ ਵਧੀਆ ਨੇ ਯਾਰ ਗਹਿਣੇ ਗੁਣੇ, ਚੱਲ ਐਂ ਕਰਦਾ ਜੇ ਪਛਾਣ ਕੋਲ ਲੈ ਜਾਂਦਾ, ਪੈਸੇ ਵੀ ਮੁੱਕੇ ਪਏ ਨੇ, ਦਾਰੂ ਪਿਆਲੇ ਦਾ ਹੀਲਾ ਹੋ ਜੂਗਾ। ਕੰਮ ਜਾ ਕੇ ਆਉਣਾ ਮੈਂ, ਹੋਰ ਕਿੱਥੇ ਜਾਣਾ। ਲੈ ਨਾਲੇ ਤੁਸੀਂ ਕਹਿੰਦੇ ਸੀ ਵੀ ਬਾਹਰ ਜਾਣ ਚ ਖੇ ਖਤਰਾ ਹੈ, ਮੈਂ ਜਾਣਾ ਨਹੀਂ ਹੈਗਾ, ਫਿਰ ਹੁਣ ਕਾਹਤੋਂ ਚੱਲੇ ਹੋ? ਹੁਣ ਕੰਮ ਵੀ ਨਾ ਜਾਵਾਂ, ਕੋਈ ਜ਼ਰੂਰੀ ਕੰਮ ਹੈ,
तेरे कागज पत्र भी तैयार कराने ने होर भी काम ने फिर मैनू भी नाल ले जाओ नाले आपां किते घूम आवांगे ओ घूमण नू मैं कड़ा लेख ते जाना यार जरूरी काम जाना समझदी क्यों नहीं हुंदी हैगी तू मैं तो तां कहंदी सी वी मेरा जी जा नहीं लगना कल्ली दा करे ओ जी नहीं लगना सफाई सफूई कर ला मैं जाना हाय देखी कि मैनू चिड़िया घर जिच छड़ के चल गया किन्ना गंदा जा घर है मैनू तो उही डर लगी जांदा इत्थे साडा तो सारा घर पक्का सीगा मेरे तो नहीं इत्थे सफाई सफूई हुंदी गी पर पक्की तां इहदी कोठी भी होगी हाय उत्थे तां नौकराणियां वेखी हाय पुछे करनगे मैडम जी तुसीं की खाओगे करेले दी सब्जी के भिंडी दी सब्जी फिर मैं क्या करूंगी ना मैं तां पनीर खाऊंगी चार क दिन ही औख सौख दे कट लैनी एवें कर लैनी है इसे घर दी सफाई पर इह भी तां विचारा मेरे खातर ही भज्जा फिरदा है चल कोई नहीं कोठी दी मालक नूं भी तां मैं ही बनूंगी इहदे नाल जाके ओ बधाईआं तैनूं ओहोरा रोटी पकदी होगी मेरी तां मैं भुखा मरदा फिरदा सी ओ वधिया रोटी पकदी होगी नहीं तैनूं मलंग नूं किहने कुड़ी देनी थी हैं नाले तां तैनूं सारा पार्टी करी जांदा मैं नाले तूं उहनूं मलंग दसदा हैं ओ मजाक करदा मैं तां तूं तां मेरा यार आ ओ तां ठीक है तेरी भरजाई तैनूं किवें लगी आ लै फोटो दिखाउणा ओ भरजाई तां सोहणी आ मैं कदों कहा वी माड़ी आ इह सोने दी डली आ भरजाई तां ओ गल तां तेरी सही है हैगी तां सोने दी डली है सही हाँ जी की हाल चाल ने तीजा भाग तुहानू किवें लग्या कमेंट करके जरूर दस्यो ते जे वधिया लग्या तां लाइक शेयर ते चैनल नू सबसक्राइब जरूर कर लियो ते चौथे पार्ट दी किनू किनू वेट है वो कमेंट जरूर लिखो ते हुण आपां बोलांगे पहले 15 कमेंट जिन्होंने दूजे पार्ट ते कीते सी हाँ जी हाँ जी पहला कमेंट है जी अपना आकाश दा जी फिर अगला अपना आ गया जी अमन यूजर किरण सोधी सुख बब्बू औलख ते कार्तिक गुरसिमरन बिलिंग ते पंकज दलजीत सिंह बॉबी अपना शगन खान ते दीपक चीमा जी परविंदर सिंह पी टी वी 76B ते अनीता अगे आ गया जी पवनदीप कौर ए सी पहले 15 कमेंट जिन्होंने पार्ट दूजे ते कीते फिर तुहाडा भी कमेंट बोलांगे आपां चौथे पार्ट च है ना जी हाँ ते जिहड़ा इस वीडियो ते पहले कमेंट कीते आपां उहदा नाम बोलांगे ते वेख्यो सारे जने ते अपना चौथे पार्ट दी किहनू किहनू बेटा देखांगे अगे कुड़ी नाल की होऊगा गुरी हुरी की करनगे ते पाली की करूगा अगे ते काफ़ी यार मतलब बिच कह रहे थे भी किदां दे किदां दा करैक्टर मतलब किदां दी स्टोरी लैके आए हो ये थोड़ा जिहा डिफरेंट ये भी दिखाउणा पैंदा भी समाज च होर मतलब लव स्टोरी तो अलावा होर की चल रहा है हुण अद्धे बिच कह दिंदे ने भी ये सही नहीं हैगा कि जिहड़ा आपां जिहड़ी चीज़ हुंदी आ आपां दिखाउणी पैंदी आ क्योंकि ये चीज़ हैगी है ਇਹ ਐ ਨਹੀਂ ਹੈਗਾ ਵੀ ਹੈ ਨਹੀਂ ਇਹ ਆਪਾਂ ਨੂੰ ਜਿਹੜਾ ਤੁਸੀਂ ਅੱਗੇ ਐਂਡ ਦੇਖੋਗੇ ਉਹ 'ਚ ਪਤਾ ਲੱਗੂਗਾ ਹੁਣ ਜਿਹੜੇ ਪਹਿਲੀ ਜੱਜ ਕਰੀ ਜਾਂਦੇ ਐਂ ਜੀ ਵਾਹ ਐਂਡ 'ਚ ਜਾ ਕੇ ਪਤਾ ਲੱਗੂਗਾ ਵੀ ਕੀ ਗੱਲਬਾਤ ਹੈ ਕਿਵੇਂ ਸਿਸਟਮ ਅਤੇ ਬਾਕੀ ਜਿਹੜੇ ਆਪਣੇ ਪਿਆਰ ਕਰਨ ਵਾਲੇ ਨੇ ਉਹ ਬਣੇ ਰਹੋ ਉਹ ਤਾਂ ਸਾਰੇ ਆਪਣਾ ਬਾਬਾ ਭਲੀ ਕਰੇ ਅਤੇ ਆਪਣਾ ਫੇਸਬੁੱਕ 'ਤੇ ਪੇਜ ਹੈਗਾ ਜੀ ਉੱਥੇ ਜ਼ਰੂਰ ਫੋਲੋ ਕਰ ਲਿਓ ਉੱਥੇ ਚਰਚਾ ਦਾ ਵਿਸ਼ਾ ਬਣਾਇਆ ਉਹਨੇ ਗਰਦ ਠਾਰ ਕੇ ਜੀ ਪੂਰੀ ਉੱਥੇ ਇੱਕ ਵਾਰ ਜ਼ਰੂਰ ਜਾਇਓ ਪਾਲੀ ਗੁਰੀ ਮੂਵੀਜ਼ ਸਰਚ ਕਰ ਲਿਓ ਉੱਥੇ ਇੱਕ ਵਾਰੀ ਜ਼ਰੂਰ ਜਾਇਓ ਅਤੇ ਫੋਲੋ ਕਰ ਲਿਓ ਅਤੇ ਜਿਹੜੇ ਨੇ ਵੀਰਾਂ ਨੂੰ ਕੋਈ ਕੰਮ ਹੋਵੇ ਅਤੇ ਆਪਾਂ ਨੂੰ ਇੰਸਟਾ 'ਤੇ ਮੈਸੇਜ ਕਰ ਸਕਦਾ ਗੰਡੂਆਂ ਜੀ ਟੀ ਵੀ ਆਪਣੀ ਆਈਡੀ ਹੈ ਉੱਥੇ ਮੈਸੇਜ ਕਰ ਸਕਦਾ ਜੀ ਅਤੇ ਹੁਣ ਆਪਾਂ ਮਿਲਾਂਗੇ ਜੀ ਚੌਥੇ ਪਾੜ ਨਾਲ ਅਤੇ ਵੀਰਵਾਰ ਨੂੰ 9 ਵਜੇ ਅਸੀਂ ਸਾਥੋਂ ਕਈ ਵਾਰ ਵੀਡੀਓ ਨਹੀਂ ਪੈਂਦੀ ਟਾਈਮ ਨਾਲ ਅਤੇ ਅਸੀਂ ਮਾਫੀ ਚਾਹੁੰਦੇ ਹਾਂ ਬਾਂਹ ਦੁਖਣ ਲੱਗ ਗਈ ਮੇਰੀ ਆ ਕਹਿਣਗੇ ਵੀ ਇੱਥੇ ਖੜੇ ਹੋ ਕਿਵੇਂ ਇਹ ਐਂ ਆ ਫਿਰ ਜਿੱਥੇ ਜੱਦੀ ਲੋਕੇਸ਼ਨ ਹੈ ਹਾਂ ਜਿੱਥੇ ਜੀ ਕਰਦਾ ਉੱਥੇ ਆਪਾਂ ਨੂੰ ਸੈੱਟ ਲੱਗਦਾ ਖੜ ਜਾਂਦੇ ਆ ਪਿੰਡਾਂ ਦੇ ਜਾਂ ਪਿੰਡਾਂ ਵਾਲਿਆਂ ਕੋਈ ਚੱਕਰ ਨਹੀਂਗਾ ਰੋੜੀਆਂ ਵਾਲੀ ਨੇ ਆਪਾਂ ਨੂੰ ਤੇ ਬਾਕੀ ਕਰ ਦਿਓ ਲਾਈਕ ਕਮੈਂਟ ਸ਼ੇਅਰ ਓਕੇ ਜੀ ਓਕੇ।